ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਮੱਕੀ ਅਤੇ ਮੱਛਰ ਬਹੁਤ ਹੀ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਨੇ ਪਸ਼ੂਆਂ ਲਈ ਖਾਸ ਕਰਕੇ ਮੱਕੀ ਤੇ ਮੱਛਰ ਇਹ ਅਕਸਰ ਚੰਬੜੀ ਤੇ ਬੈਠ ਕੇ ਆਪਣੇ ਅੰਡੇ ਦੇ ਦਿੰਦੇ ਨੇ ਅਤੇ ਚੰਬੜੀ ਨਾਲ ਹੀ ਚਿਪਕੇ ਰਹਿੰਦੇ ਨੇ ਅਤੇ ਪਸ਼ੂਆਂ ਨੂੰ ਬਹੁਤ ਹੀ ਜ਼ਿਆਦਾ ਟੌਰਚਰ ਕਰਦੇ ਨੇ ਜੇ ਗੱਲ ਕਰੀਏ ਛੋਟੀ ਮੱਕੀ ਦੀ ਤਾਂ ਇਹ ਬਹੁਤ ਹੀ ਜ਼ਿਆਦਾ ਟੌਰਚਰ ਕਰਦੀ ਏ ਜਿਸ ਨਾਲ ਪਸ਼ੂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਅਤੇ ਪਸ਼ੂਆਂ ਵਿੱਚ ਲਿੱਸਾਪਨ ਆ ਜਾਂਦਾ ਹੈ ਜਿਸ ਨਾਲ ਹੌਲੀ-ਹੌਲੀ ਪਸ਼ੂਆਂ ਦਾ ਜੋ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੁੱਧ ਦੀ ਪੈਦਾਵਾਰ ਵਿੱਚ ਕਾਫੀ ਜ਼ਿਆਦਾ ਗਰਾਵਟ ਆਉਂਦੀ ਹੈ ਸੋ ਅੱਜ ਅਸੀਂ ਤੁਹਾਨੂੰ ਸਸਤਾ ਅਤੇ ਘਰੇਲੂ ਉਪਾਏ ਦੱਸਾਂਗੇ ਜਿਸ ਨਾਲ ਮੱਕੀ ਅਤੇ ਮੱਛਰ ਤੋਂ ਕਾਫੀ ਆਸਾਨੀ ਨਾਲ ਛਡਕਾਰਾ ਪਾਇਆ ਜਾ ਸਕਦਾ ਹੈ ਤੋ ਵੀਡੀਓ ਨੂੰ ਪੂਰਾ ਜਰੂਰ ਵੇਖੋ ਐਂਡ ਤੱਕ ਦੇਖੋ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਨੂੰ ਤੁਹਾਨੂੰ ਅੱਗੇ ਵੀ ਐਡਾਂ ਦੀਆਂ ਜੋ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਮਿਲਦੀਆਂ ਰਹਿਣਗੀਆਂ ਸੋ ਇਸ ਲਈ ਸਾਨੂੰ ਚਾਹੀਦਾ ਹੈ ਸਪੈਸ਼ਲ ਲਿਕਵਿਡ ਫਰਨਲ ਜੋ ਮੱਖੀ ਲਈ ਅਤੇ ਮੱਛਰ ਲਈ ਵਰਤਿਆ ਜਾਂਦਾ ਹੈ ਇਹ ਸਾਨੂੰ ਆਮ ਤੌਰ ਤੇ ਜੋ ਦੁਕਾਨਾਂ ਤੇ ਮਿਲ ਜਾਂਦਾ ਹੈ ਚਾਹੇ ਮੈਡੀਕਲ ਦੀ ਦੁਕਾਨ ਤੋਂ ਜਾਂ ਜਨਰਲ ਸਟੋਰ ਤੋਂ ਵੀ ਇਹ ਸਾਨੂੰ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ 70 ਤੋਂ ਲੈ ਕੇ 100 ਰੁਪਏ ਤੱਕ ਇਸ ਦੀ ਕੀਮਤ ਹੈ ਪਰ ਲੀਟਰ ਦੀ ਇਸ ਦੇ ਨਾਲ ਜੋ ਸਾਨੂੰ ਚਾਹੀਦਾ ਹੈ ਡੀਜ਼ਲ ਤੇਲ ਅਤੇ ਸੜਿਆ ਹੋਇਆ ਮੋਗਲਾਲ ਤੇਲ ਜੋ ਅਕਸਰ ਇੰਜਨਾਂ ਦੀ ਰਿਪੇਅਰਿੰਗ ਤੋਂ ਬਾਅਦ ਜੋ ਕੱਢ ਦਿੱਤਾ ਜਾਂਦਾ ਹੈ ਜੋ ਆਮ ਤੌਰ ਤੇ ਸਾਨੂੰ ਘਰਾਂ ਵਿੱਚ ਹੀ ਮਿਲ ਜਾਂਦਾ ਹੈ ਸੋ ਘੱਟੋ ਘੱਟ 250 ਐਮਐਲ ਲਿਕੁਇਡ ਫਰਨੈਲ ਜੋ ਲੈਣਾ ਹੈ ਤੇ ਉਸ ਵਿੱਚ ਡੀਜ਼ਲ ਤੇਲ 100 ਗ੍ਰਾਮ ਤੇ 50 ਤੋਂ 100 ਗ੍ਰਾਮ ਮੋਗਲਲ ਤੇਲ ਜੋ ਕਾਲਾ ਤੇਲ ਬਾਕੀ ਉਸ ਦੇ ਵਿੱਚ ਹੀ ਪਾਣੀ ਪਾ ਲੈਣਾ ਹੈ ਤੇ ਇਸ ਦਾ 1 ਲੀਟਰ ਤੱਕ ਇਸ ਨੂੰ ਬਣਾ ਲੈਣਾ ਹੈ ਸੋ 1 ਲੀਟਰ 5 ਤੋਂ 7 ਪਸ਼ੂਆਂ ਲਈ ਵਰਤਿਆ ਜਾ ਸਕਦਾ ਹੈ ਸੋ ਇੱਕ ਵਾਰ ਛਿੜਕਾ ਕਰਨ ਨਾਲ 5 ਤੋਂ 7 ਦਿਨ ਤੱਕ ਮੱਖੀ ਅਤੇ ਮੱਛਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਮੱਖੀ ਬੈਠਦੇ ਸਾਰ ਹੀ ਮੱਖੀ ਤੇ ਮੱਛਰ ਮਰ ਜਾਏਗਾ ਅਤੇ ਕੁਝ ਦਿਨਾਂ ਤੱਕ ਦੂਰ ਰਹੇਗਾ 5 ਤੋਂ 7 ਦਿਨ ਤੱਕ ਇਹ ਦੂਰ ਰਹੇਗਾ ਉਸ ਤੋਂ ਬਾਅਦ ਫਿਰ ਅਸੀਂ ਇਹ ਛਿੜਕਾ ਕਰਨਾ ਹੈ ਸੋ ਇਹ ਜਿਆਦਾ ਮਹਿੰਗਾ ਨਹੀਂ ਜੇ ਗੱਲ ਕਰੀਏ ਪਸ਼ੂਆਂ ਦੀ ਸਿਹਤ ਤੋਂ ਕਿਉਂਕਿ ਇਸ ਨਾਲ ਦੁੱਧ ਵਿੱਚ ਵੀ ਕਾਫੀ ਜ਼ਿਆਦਾ ਗ੍ਰਾਵਟ ਆਉਂਦੀ ਹੈ ਸੋ ਕਾਫੀ ਸਸਤਾ ਅਤੇ ਘਰੇਲੂ ਉਪਾਏ ਇਸ ਨੂੰ ਯੂਜ਼ ਕਰਨ ਤੋਂ ਬਾਅਦ ਗਰੰਟੀ ਨਾਲ ਅਸੀਂ ਕਹਿੰਦੇ ਹਾਂ ਕਿ ਮੱਕੀ ਤੇ ਮੱਛਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਏ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸੋ ਅੱਜ ਲਈ ਇੰਨਾ ਹੀ ਮਿਲਾਂਗੇ